ਐਕਸਰਸਾਈਜ਼ ਹੁੰਦਾ ਹੀ ਹੈ। ਇਹ ਕਿਉਂ ਕਰ ਰਹੇ ਜੀ? ਸ਼ਾਇਦ ਮੈਨੂੰ ਵੀ ਕੋਈ ਪਸੰਦ ਕਰ ਲੈ। ਨਹੀਂ, ਤੈਨੂੰ ਪਸੰਦ ਤੇ ਕਰੇਗਾ ਫਰਿਸ਼ਤਾ। ਵਾਹ, ਖੁਸ਼ੀਆਂ ਦੇ ਦਿਨ ਨੇ ਹੈ ਤੇ ਇਹੋ ਜਿਹੀਆਂ ਗੱਲਾਂ ਕਰਦੇ ਪਏ ਜੇ। ਅੱਗੋਂ ਮੇਰਾ ਵਿਆਹ, ਮੇਰੀ ਵਾਰੀ ਹੈ। ਤੇਰੀ ਵਾਰੀ ਮਰਨ ਦੀ ਆ, ਤੇਰੀ ਵਾਰੀ ਆ। ਉਹ ਜਿਨ੍ਹਾਂ ਦੀ ਮਰਨ ਦੀ ਵਾਰੀ ਹੁੰਦੀ ਆ, ਅਗਲੇ ਚਿੱਟੀ ਪੱਗ ਪਾ ਕੇ ਬਹਿੰਦੇ ਆ। ਹੁਣ ਤੈਨੂੰ ਮੈਂ ਕੁੱਲਾ ਬਣਵਾਉਣਾ ਚਿੱਟਾ। ਅੱਛਾ ਜੀ, ਤੂੰ ਮੇਰੇ ਨਾਲ ਪਹਿਲੇ ਜਾ। ਵਾਹ, ਨਹੀਂ ਚੌਧਰੀ, ਕੁੱਲਾ ਤਾਂ ਤੈਨੂੰ ਮੈਂ ਪਾਉਣਾ। ਵੇਖੀ, ਮੈਂ ਸੋਹਣਾ ਕੁੱਲਾ ਬਣਵਾ ਕੇ ਲਿਆਉਣਾ ਆਪਣੇ ਪੇਕਿਆਂ ਵੱਲ। ਅੱਛਾ ਜੀ, ਉਹ ਪਾਉਣਾ ਤੇਰੇ ਸਿਰ ਤੇ ਐਡਾ ਕੁੱਲਾ, ਇੰਨਾ ਸੋਹਣਾ ਲੱਗਣਾ ਐਜੀ ਕਰਕੇ। ਅੱਛਾ ਚੌਧਰੀ ਸਾਹਿਬ, ਮੇਰਾ ਬੜਾ ਦਿਲ ਕਰਦਾ। ਵੱਡੀ ਮੁਸੀਬਤ ਚ ਐਲਾਨ ਕਰਾ ਕੇ ਆਵਾਂ ਕਿ ਸਵੇਰੇ 2 ਵਜੇ ਚੁੱਕਣਾ। ਅੱਜ ਤੇ ਮਸਾ ਮਸਾ ਚੌਰੀ ਸੋਹਣਾ ਲੱਗ ਰਿਹਾ, ਵਿਆਹ ਉਹਦਾ। ਲੇਕਿਨ ਵੈਸੇ ਆਪਸ ਦੀ ਗੱਲ ਹੈ ਚੌਰੀ, ਤੂੰ ਕਿਉਂ ਐਡਾ ਸਜਿਆ ਕੁਰਬਾਨੀ ਦੇ ਲੈ ਵਾਂਗੂ? ਨਹੀਂ, ਮੇਰੇ ਕਹਿਣ ਦਾ ਮਤਲਬ ਵਿਆਹ ਤੇ ਉਹਦਾ, ਤੈਨੂੰ ਕੀ ਲੋੜ ਪਈ ਅੱਡੀ ਸਜਣ ਦੀ? ਅੱਡੀ ਵੈਸਕੋਟ ਪਾ ਕੇ, ਅੱਜ ਲਾਚਾ ਲਾ ਕੇ, ਸਲਵਾਰ ਕਮੀਜ਼ ਪਾਈ ਆ। ਖੈਰ ਆ, ਅੱਜ ਤੇ ਤੁਸੀਂ ਵੀ ਉਹੀ ਕੱਪੜੇ ਪਾਏ ਜਿਹੜੇ ਤੁਸੀਂ ਆਪਣੇ ਵਿਆਹ ਤੇ ਪਾਏ ਸੀ, ਲਾਲ ਲਾਲ ਸਾਰੇ, ਹੈ ਨਾ ਚਤਰਾਣੀ ਜੀ? ਗੁੱਡੀ ਲੱਗਣ ਲਈ ਮੇਰੀ ਚਤਰਾਣੀ। ਸੱਚੀ ਗੱਲ ਇਹ ਵੇ ਕਿ ਉਹ ਵੀ ਆਉਣ ਦਈ ਜਿਹਦੀਆਂ ਯਾਦਾਂ ਚ ਆਉਂਦੇ ਆ। ਮੈਨੂੰ ਕੋਈ ਟੱਪਾ ਸੁਣਾ। ਏ ਐਲ, ਮੈਂ ਤੈਨੂੰ ਟੱਪੇ ਲਾਉਣ ਵਾਸਤੇ ਨੀ ਗਿਆ, ਟੱਪਾ ਸੁਣਾਉਣ ਵਾਸਤੇ ਗਿਆ। ਟੱਕੜ ਬਨੇ ਰੇ ਤੇ ਨੀ ਲਾਲ ਡਬਟੇ ਵਾਲੀਏ, ਚੌਧਰੀ ਰਹਿ ਗਿਆ ਤੇਰੇ ਤੇ। ਚਿੱਟਾ ਕੁੱਕੜ ਬਣੇ ਰੇ ਤੇ, ਚਿੱਟਾ ਕੁੱਕੜ ਬਣੇ ਰੇ ਤੇ, ਇੱਥੇ ਤੂੰ ਬੈਠਾ ਚੌਧਾਣੀ ਕੋਲ, ਅੱਬਾ ਉਹਦਾ ਏ ਗਰਮ ਤੇਰੇ ਤੇ। ਚਿੱਟਾ ਕੁੱਕੜ ਬਣੇ ਰੇ ਤੇ, ਗਲਤ ਮਾਇਆ ਸੁਣਾਉਣ ਵਾਲਿਓ, ਲਖ ਲਾਨਤ ਤੇਰੇ ਤੇ। ਇਹ ਚੌਧਰੀ ਸਾਹਿਬ ਲਿਖਿਆ ਸੀ। ਚਿੱਟਾ ਕੁੱਕੜ ਬਣੇ ਰੇ ਤੇ, ਤੇਰੇ ਤੇ ਮੈਂ ਦੇਈ ਪਾ ਕੇ, ਕੁੱਤੇ ਛੱਡਣੇ ਡੇਰੇ ਤੇ। ਆਓ ਫਿਰ ਚਲੀਏ। ਕੁੱਤਾ ਛੱਡਣ ਦੀ ਗੱਲ ਕੀਤੀ ਆ, ਤੂੰ ਚੌਰੀ ਨਹੀਂ ਕਹੀ ਜਾਣ ਦੇ। ਤੇ ਮਾਸ਼ਾਅੱਲਾ ਪੂਰੀ ਵਾਹੀ ਲੱਗ ਰਹੀ। ਹਾਏ, ਮੇਰੇ ਅੱਜ ਤਲਵਾਰ ਹੋਏ, ਇੱਥੋਂ ਲਾਵਾਂ ਮੈਂ। ਮੈਂ ਇਹ ਨਾ ਕਿ ਮੈਂ ਕਟਿੰਗ ਕਰਦੇ ਆਂਗਾ। ਹਾਂਜੀ, ਥੱਲੇ ਕਰ ਲਓ। ਕੁੜੀ ਤਿਆਰ ਹੋ ਗਈ ਜਿਹਦਾ ਵਿਆਹ? ਹਾਂ, ਹੋ ਗਈ। ਉਹ ਤੇ ਐਡੀ ਸੋਹਣੀ ਲੱਗੀ ਹੈ। ਅੱਛਾ ਜੀ, ਤੁਹਾਨੂੰ ਕੀ ਬਣੀਆਂ? ਮੈਨੂੰ ਕੀ ਕਹਿਣਾ, ਮੈਂ ਤੇ ਹੁਣ ਉਹਦੇ ਵਾਸਤੇ ਮੁੱਲ ਵੀ ਬਲਵਾਇਆ। ਸੱਚੀ? ਜਿਸ ਲਈ ਕਿ ਜਦੋਂ ਇਹਨਾਂ ਦਾ ਵਿਆਹ ਹੋ ਜਾਣਾ, ਇਹ ਆਪਣੇ ਆਪਣੇ ਘਰ ਚਲੇ ਜਾਣਗੇ, ਤੇ ਲੱਗਣਾ ਜੇ ਤੁਸੀਂ ਵੀ ਵੋਟੀ ਲਏ ਆ, ਹੈ ਨਾ। ਵੇਖੀ ਚੌਰੀ, ਐਡਾ ਮੈਨੂੰ ਵੋਟੀ ਵੋਟੀ ਕਹਿ ਕੇ ਕਿਤੇ ਟੋਰ ਨਾ ਦਈ। ਏ ਚੌਰੀ ਦੇ ਸ਼ਹਿਜ਼ਾਦਾ ਸਾਡਾ ਬੜਾ ਗੈਰਤਮੰਦ। ਸੱਚੀ, ਇਹ ਜਿਹੜੇ ਮੋਢੇ ਬਣੇ ਨੇ ਚੌਰੀ ਦੇ, ਇਹ ਕੋਈ ਆਮ ਮਕਸਦ ਵਾਲੇ ਸੀ ਬਣੇ? ਇਹ ਡੋਲੀਆਂ ਨੂੰ ਕੰਧੇ ਦੇਣ ਵਾਸਤੇ ਬਣੇ? ਡੋਲੀ ਦੇ ਵਾਂਗ ਸਰ ਕੇ ਨੈਣ ਨਕਸ਼ਾ ਤੇਰੇ। ਬੇਗਾ ਮੈਨੂੰ ਸਮਝਾ, ਵਿਆਹ ਲੈ ਤੇ ਅਨਵੀ ਮੇਰੇ, ਮੈਂ ਤਾਂ ਸੁਣਨਾ ਯਾਰ। ਅੱਜ ਤੇ ਉਹਦੇ ਮੋਢੇ ਘੁੱਟ ਆਪਣੇ ਮੋਢੇ ਅਸਲ ਚ ਥੱਕ ਜਾਂਦੇ ਆ, ਮੂੰਹ ਵੱਡਾ ਹੈ ਨਾ, ਕਿੰਨਾ ਤੇ ਵਜ਼ਨ ਚ ਕੀ ਰੱਖਦੇ ਆ। ਬੇਗਾ ਮਾ ਕੈਸੀ ਲੱਗ ਰਹੀ? ਬਹੁਤ ਸੋਹਣੀ। ਇਹ ਮੇਰਾ ਯਾਰ ਹੈ ਚੌਰੀ ਬਾਬਰ। ਆਹੋ, ਉਹਦੇ ਕੋ ਲੈ ਕੇ ਆ। ਆ, ਉਹਨੇ ਕਿਹਾ ਸੀ ਲੈ ਤੂੰ ਪਾ, ਤੈਨੂੰ ਤੇਰੀ ਹੋ ਗਈ। ਤੇਰੀ ਹੋ ਗਈ? ਅਸਲ ਚ ਫਿਟਿੰਗ ਨਾ ਪਿੱਛੋਂ ਹੋਣ ਦਈ ਯਾਰ। ਗੱਲ ਛੱਡ, ਮੇਰੀ ਪਿੱਛੋਂ ਕੌਣ ਦੇਖਦਾ, ਗੱਲ ਤੇ ਮੋਹਰੇ ਦੀ ਹੁੰਦੀ ਆ। ਹਾਂਜੀ, ਮੈਂ ਕਿਹਾ ਚੌਰੀ ਸਾਹਿਬ, ਮੇਰੀ ਤੇ ਦੁਆ ਹੈ, ਜਿਹੜੀ ਬੱਚੀ ਦੇ ਇਸ ਘਰ ਦੇ ਵਿੱਚੋਂ ਵਿਆਹ ਕਰਨ ਲੱਗੇ ਜੇ, ਅਗਲੇ ਸਾਲ ਉਹਦੇ ਬੱਚੇ ਤੁਹਾਨੂੰ ਮਾਮੂ ਕਹਿਣ। ਲਓ ਜੀ, ਖਬਰਦਾਰ, ਮੈਨੂੰ ਹੱਥ ਲਾਇਆ ਤੇ ਮਾਮਾ ਮਾਮੂ ਕਹਿਣ। ਆਏ ਹਾਏ, ਤੇ ਹੋਰ ਤੁਹਾਨੂੰ ਕੀ ਕਹਿਣਗੇ, ਨਾਨਾ ਤੇ ਨਹੀਂ ਨਾ ਕਹਿਣਗੇ? ਨਹੀਂ, ਬਸ ਓਏ ਤੋਏ ਕਰਕੇ ਬੁਲਾਈ ਜਾ। ਲੈ ਮਾਂ ਮੈਨੂੰ ਜੀ ਹਾਂਜੀ ਕਰਕੇ ਬੁਲਾ ਲੈ ਬਸ। ਲੈ ਓਏ ਕੋਏ, ਤੂਆ ਤੂਆ ਕਰਕੇ ਨਾ ਬੁਲਾਉਣ। ਦੇਖੋ ਕੀ ਗੱਲ, ਵਿਆਹ ਹੈ ਇਸ ਘਰ ਚਦਰਾਣੀ। ਅੱਜ ਤੇ ਮੇਰਾ ਦਿਲ ਕਰਦਾ ਤੈਨੂੰ ਕਹਿਣ ਨੂੰ। ਕੀ? ਜਦੋਂ ਮੈਂ ਪਹਿਲੀ ਵਾਰੀ ਤੈਨੂੰ ਤੇਰੇ ਪਿੰਡ ਜਾ ਕੇ ਵੇਖਿਆ ਸੀ ਨਾ, ਉਦੋਂ ਇੱਕ ਸ਼ੇਰ ਲਿਖਿਆ ਸੀ, ਅੱਜ ਉਹੀ ਦਿਨ ਲੱਗ ਰਿਹਾ। ਫਿਰ ਕਿਹੜਾ ਕਹਿੰਦਾ, ਆ ਕੇ ਤੇਰੇ ਸ਼ਹਿਰ 'ਚ ਵਾਪਸ ਨਾ ਜਾਊਂਗਾ ਮੈਂ, ਕਿਰਾਇਆ ਮੁੱਕ ਗਿਆ ਹੁਣ। ਚਲੋ ਕੋਈ ਨਹੀਂ, ਅਸੀਂ ਰਾਤ ਤੁਹਾਡੇ ਵਾਲੇ ਰਹਿ ਲਾਂਗੇ, ਨਾਲੇ ਸਰਦੀਆਂ ਨੇ। ਉਧਰ ਕੋਈ ਰਿਸ਼ਤੇਦਾਰੀ ਆ? ਸ਼ੇਰ ਸੁਣਾਓ। ਵਕਤ ਕੱਢਣਾ ਸੀ ਹੋਰ ਕੀ। ਕਹਿੰਦਾ, ਆ ਕੇ ਤੇਰੇ ਸ਼ਹਿਰ 'ਚ ਵਾਪਸ ਨਾ ਜਾਊਂਗਾ ਮੈਂ, ਇਹ ਫੈਸਲਾ ਕੀਆ ਹੈ ਤੁਝੇ ਦੇਖਣੇ ਕੇ ਬਾਅਦ, ਸਜਦਾ ਕਰੂੰ ਤੋ ਕਾਫਰ ਕਹੇਂਗੇ ਲੋਗ, ਮਗਰ ਕੌਣ ਸੋਚਤਾ ਹੈ ਤੁਝੇ ਦੇਖਣੇ ਕੇ ਬਾਅਦ।
लोग कहते हैं कि तू मसीहा है, तू कैसा मसीहा है, एक चादर ही मर गया तुझे देखने के बाद। वाह 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 जी वाह, मरा पाया पग का परना फड़ के तुसी तीली लपेट के कन्न साफ करते रहे हो, मैं तुहाडा भतीजा चाचा जी की हो गया तुहानू? पग दा पल्ला फड़ के चाचा जी तुसी मैनूं वाकई नहीं पछाणिया? गल सुन, चादरी बंदे बो नहीं आती रात दुबिया सुते रह जवान हो गया बड़ा जवान सी, सोचा ही नहीं सी तू एडा सोहना जवान होएगा। सच्ची एडा मासूम चेहरा निकलिया तेरा, जवान हो के एडा सोहना निकलिया। मेरी चाची आड कोई होर करन डई आ चाचा, तेरा भतीजा लगदा पति। लेकिन जट आपस दी गल, जट साहब है सोहना। हां जी जट साहब, जे कित तुसी थोड़े जे इन होर सुन लगे ना, मैं आप तुहानू बलडोजर थल्ले दे देणा। देख कक गल सुन, मेरी ओ चाची आ, चाची तेरी तो नहीं, पिंड थां दे लोग पर्दा हया साडे च बहुत होंदी। हां ते सोहना कहण नाल की हो जांदा, किसे दी तारीफ करना? ए अल्लाह पाक ने फरमाया जे चीज तुहानू सोहनी लगे ओदी तारीफ करो। हां एदी क्यों नहीं करदे असी? हां जी एदी कर लाता मथा चिन्न पाणो लथा, ते कितने ना कितने लथा ते है ना। तेरा अब्बा जड़ा ना बड़ा दलेर आदमी सी, गोली लगी इथे मेरे वास्ते खादी सी, मेनू तेरा अब्बा नहीं भूल सकदा। एडा बहादुर बंदा सी, बड़ा दलेर सी, उन्हें ताड़ी खातर बंदूक दी गोली खाई, गोली खाती है। हालांकि तुसी किसे दी खातर डिस्प्रिन दी गोली ना खाओ, अल्लाह किते साडी उदों ही सुन लैंदा चंगी गल सी। वैसे आपस दी गल, तू सुना, उदों ते तू निक्का जिना हुंदा सी, तेरे मुंह च फीडर पाणा, तू इन्नी इन्नी देर ला देनी दुध पीण लगे, हुण वी उन्नी देर लाना? चाचे को आपस की गल, देर इन्हू भी नहीं लगती। तो फटाफट ही दुध चुके पी लें, मैं चोन लगे भी देर लाना, पीन लगे भी देर लाना। ਇਸੇ ਚੱਕਰ ਚ ਮੈਂ 6 ਮਹੀਨੇ ਕੱਟ ਕੇ ਆਇਆ। ਹੁਣ ਗੱਲ ਸੁਣ ਮੇਰੀ, ਅੱਜ ਬੜੇ ਸੋਹਣੇ ਮੌਕੇ ਤੇ ਆਇਆ, ਅੱਜ ਬੜੇ ਖੁਸ਼ੀ ਦੇ ਮੌਕੇ ਤੇ ਪੁੱਤਰ ਤੂੰ ਆਇਆ। ਚਾਚਾ ਕੋਈ ਚਾਚੀ ਖੁਸ਼ੀ ਦਿਖਾਉਣ ਲੱਗੀ ਆ? ਐਡੇ ਸਾਡੇ ਨਸੀਬ ਖੁਸ਼ੀ ਦਿਖਾ ਦੇ ਸੋ। ਅੱਛਾ ਜੀ, ਮੇਰੇ ਤੇ ਪਾ ਦਿੱਤਾ, ਮੈਂ ਨਹੀਂ ਖੁਸ਼ੀ ਵਿਖਾਉਂਦੀ ਜਾਂ ਆਪ ਸੁੱਤਾ ਰਹਿਣਾ? ਤੇਰੇ ਤੇ ਪਾਣੀ ਵੀ ਪਾ ਦਿਓ ਤੇ ਤੇਰੀ ਅੱਖ ਨਹੀਂ ਖੁੱਲਦੀ ਵੀ, ਲੱਗਾ ਗੱਲ ਕਰਨ ਨੂੰ। ਚਾਚੀ ਹੁਣ ਤੂੰ ਟੈਨਸ਼ਨ ਨਹੀਂ ਲੈਣੀ, ਤੇਰਾ ਭਤੀਜਾ ਆ ਗਿਆ ਨਾ, ਹੁਣ ਖੁਸ਼ੀ ਆਣ ਗਈਆਂ, ਇਹਨੂੰ ਮੈਂ ਸੌਣ ਨਹੀਂ ਦਿੰਦਾ। ਵਾ ਇੱਥੇ ਮੇਰੇ ਹੁੰਦਾ ਫਰਕ ਨਹੀਂ ਪੈਂਦਾ, ਤੇਰੇ ਹੁੰਦਾ ਕੀ ਪਏਗਾ? ਅੱਜ ਹੈਗਾ ਇੱਕ ਕੁੜੀ ਦਾ ਨਿਕਾਹ, ਅਸੀਂ ਕਰਾਉਣਾ ਇੱਥੇ ਵਿਆਹ।
ਤੈਨੂੰ ਉਹਨਾਂ ਨੇ ਬੁਲਾਇਆ ਵਿਆਹ ਹੀ ਮੈਂ ਰੱਖਿਆ ਐ ਵੀ ਨਾਨਾ ਚਾਚਾ ਅੱਗੇ ਕੋ ਵਿਆਹ ਚ ਵੜ ਜੂ ਮੈਂ ਜਦੋਂ ਦਿਲ ਕਰਦਾ ਵਿਆਹ ਚ ਵੜ ਜਾਣਾ ਨਹੀਂ ਹੁਣ ਨਹੀਂ ਹੁਣ ਤੇ ਸੀ ਆਪ ਇੱਥੇ ਅਰੇਂਜ ਕੀ ਮੈਨੂੰ ਅੱਬਾ ਸੁਣਾਉਂਦਾ ਹੁੰਦਾ ਸੀ ਉਹ ਭਲੇ ਵਕਤਾਂ ਦੇ ਵੇਲੇ ਹਾਏ ਤੂੰ ਟੈਂਟ ਚੁੱਕ ਕੇ ਵਿਆਹ ਚ ਵੜ ਜਾਣਾ ਕੁੜੀ ਵਾਲਿਆਂ ਨੇ ਪੁੱਛਣਾ ਮੁੰਡੇ ਵਾਲਿਆਂ ਨੂੰ ਹਾਂ ਮੁੰਡੇ ਵਾਲਿਆਂ ਨੇ ਪੁੱਛਣਾ ਕੁੜੀ ਵਾਲਿਆਂ ਨੂੰ ਦੋਨਾਂ ਨੇ ਰਲ ਕੇ ਫੜ ਕੇ ਪੁੱਛ ਲੈਣਾ ਤੇ ਮੈਂ ਤੇ ਭਾਂਡੇ ਧੋਣ ਵਾਲੀ ਲੱਗਦਾ ਉਹ ਬੜੇ ਯਾਰ ਚਾਚਾ ਤੇਰੇ ਕੋਲ ਚਿਤਾ ਹੁੰਦਾ ਸੀ ਧੋਣ ਦੇ ਵਿੱਚ ਉਹ ਨਿੱਕੇ ਨਿੱਕੇ ਜਦ ਤੇਰਾ ਆਪਾ ਬੜਾ ਸ਼ਰਾਰਤੀ ਹੁੰਦਾ ਸੀ ਅਸੀਂ ਨਿੱਕੇ ਨਿੱਕੇ ਹੋਣਾ ਹਾਂ ਅਸੀਂ ਨਹਿਰ ਤੇ ਨਹਾਉਣਾ ਚਲੇ ਜਾਣਾ ਫੇਰ ਜਦੋਂ ਨਹਿਰ ਤੇ ਜਾਣਾ ਉਹਨੇ ਛਾਲ ਮਾਰ ਕੇ ਥੱਲਿਓਂ ਖੱਪ ਪਾ ਦੇਣੀ ਮੈਂ ਡੱਡੂ ਫੜ ਲਿਆ ਮੈਂ ਡੱਡੂ ਫੜ ਲਿਆ ਫੇਰ ਬਸ ਫਿਰ ਉਹਨੂੰ ਮੈਂ ਇੱਕ ਦਿਨ ਦੱਸਿਆ ਕਾਕਾ ਇਹ ਡੱਡੂ ਨਹੀਂ ਉਹਨੂੰ ਡੋਲਾ ਫੜ ਕੇ ਨਾ ਨਿੱਕੇ ਜਿਹੀ ਮੱਛੀ ਨੂੰ ਡੱਡੂ ਕਹੀ ਜਾਣਾ ਉਹ ਮੈਨੂੰ ਕਦੀ ਕਛੂਆ ਫੜ ਲੈਣਾ ਕਹਿੰਦਾ ਡੱਡੂ ਫੜ ਲਿਆ ਉਹ ਮੈਨੂੰ ਆਪਾਂ ਦੱਸਦਾ ਇੱਕ ਵਾਰੀ ਅਸੀਂ ਨਹਿਰ ਤੇ ਨਹਾਉਣ ਗਏ ਅਸੀਂ ਕੱਪੜੇ ਲਾ ਕੇ ਨਹਿਰ 'ਚ ਛਾਲ ਮਾਰੀ ਸਾਡੇ ਗੋਡੇ ਛਿੱਲੇ ਗਏ ਨਹਿਰ ਸੁੱਕੀ ਸੀ ਨਾ ਨਹੀਂ ਪਤਾ ਲੱਗਾ ਇਹ ਮੈਂ ਕਿਹਾ ਚੌਧਰੀ ਸਾਹਿਬ ਜਦੋਂ ਤੁਸੀਂ ਇਹ ਡੇੜੇ ਸੋ ਹਾਂਜੀ ਉਹ ਕਿਹੜਾ ਦੌਰ ਸੀ ਉਦੋਂ ਉਦੋਂ ਬੜਾ ਚੰਗਾ ਦੌਰ ਸੀ ਉਹ ਦੇਸੀ ਦੌਰ ਸੀ ਸਾਦਾ ਦੌਰ ਸੀ ਅੱਜ ਦਾ ਦੌਰ ਤੇ ਫਸਟ ਹੋਇਆ ਪਿਆ ਹਰ ਬੰਦਾ ਹੀ ਉਹ ਕੀ ਫਲੇ ਹੁੰਦੇ ਹੱਥਾਂ 'ਚ ਮੋਬਾਈਲ ਨਿੱਕੇ ਨਿੱਕੇ ਬੱਚੇ ਸਾਡੇ ਦੌਰ ਦੇ ਵਿੱਚ ਕੀ ਕਰਨਾ ਕਿ ਨਲਕਾ ਵੀ ਗੜਨ ਲੱਗਣਾ ਤੇ ਦਾਦੇ ਨੇ ਗਾਲਾਂ ਕੱਢਣੀਆਂ ਨਲਕੇ ਨੂੰ ਹੱਥ ਨਾ ਲਾਈ ਤੇ ਹੁਣ ਨਿਆਣੇ ਮਹਿੰਗੇ ਮਹਿੰਗੇ ਮੋਬਾਈਲ ਲੈ ਕੇ ਫਿਰ ਤੇ ਗੇਮਾਂ ਖੇਡਦੇ ਨੇ ਮੋਬਾਈਲਾਂ 'ਚ ਚਾਚਾ ਮਾਪਾ ਕਹਿੰਦਾ ਅਸੀਂ ਤਿੰਨ ਤਿੰਨ ਘੰਟੇ ਬਾਂਦਰ ਕਿਲਾ ਖੇਲੀ ਦਾ ਬਾਂਦਰ ਤੂੰ ਬਣਿਆ ਉਦੋਂ ਮੈਂ ਏਡਾ ਸੋਹਣਾ ਬਾਂਦਰ ਬਣਿਆ ਬਾਂਦਰ ਚਵਲ ਆਦਮੀ ਮੇਰੇ ਚੌੜੀ ਨੂੰ ਬਾਂਦਰ ਕਹਿੰਦੇ ਆ ਜਿੰਨਾ ਖੇਡੇ ਨੇ ਇਹ ਬਾਂਦਰ ਕਿਲਾ ਆਰੋਬੜੇ ਚਾ ਕਰ ਲਾ ਯਕੀਨ ਕਰ ਇੱਕ ਦੌਰ ਹੁੰਦਾ ਸੀ ਟੀਵੀ ਦੇ ਅੱਗੇ ਮੱਖੀਆਂ ਜੀਆਂ ਆਉਣੀਆਂ ਨਾ ਜਦੋਂ ਕੋਈ ਹੈ ਗੱਲ ਹੋਣੀ ਤੇ ਅਸੀਂ ਅੱਜ ਕਮੀਜ਼ ਕਰਕੇ ਦੇਖਣਾ ਤੇ ਹਰ ਚੀਜ਼ ਸਹੀ ਨਜ਼ਰ ਆਉਣੀ ਹੁਣ ਤਰੱਕੀ ਹੈ ਨਹੀਂ ਕੋਈ ਮੱਖੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਾਹਮਣੇ ਹਰ ਚੀਜ਼ ਇੰਜ ਕਰਕੇ ਦੇਖਦੇ ਹੁਣ ਨਹੀਂ ਮੱਖੀਆਂ ਆਉਂਦੀਆਂ ਪਤਾ ਨਹੀਂ ਇਹ ਖਾ ਹੁਣ ਮੱਖੀਆਂ ਕੱਟ ਇਸ ਗੱਲੋਂ ਚੌਰੀ ਸਾਹਿਬ ਬੜੇ ਅੱਛੇ ਨੇ ਜਦੋਂ ਮੇਰਾ ਵਿਆਹ ਹੋਇਆ ਚੌਰੀ ਸਾਹਿਬ ਦੇ ਘਰ ਬੜਾ ਮਜ਼ਾ ਆਇਆ ਇਹਨਾਂ ਦੇ ਘਰ ਐਡਾ ਵੱਡਾ ਟੀਵੀ ਉਹ ਮੂਵੀ ਵਾਲਾ ਉਹ ਟੀਵੀ ਨਹੀਂ ਸੀ ਇਹਦਾ ਮੂੰਹ ਸੀ ਤੂੰ ਅੰਦਰ ਕਮਰੇ ਚ ਵੇ ਨਹੀਂ ਵੇ ਟੀਵੀ ਸੀ ਯਾਦ ਇਹਨੂੰ ਇੰਜ ਮੂਵੀ ਵਾਲਾ ਟੀਵੀ ਤੇ ਬਾਅਦ ਚ ਪਤਾ ਚੱਲਿਆ ਉਹਦੇ ਚ ਸਕਰੀਨ ਹੈ ਹੀ ਨਹੀਂ ਇਹਨਾਂ ਨੇ ਭਾਂਡੇ ਰੱਖੇ ਉਹਦੇ ਚ ਅਸੀਂ ਹਾਂਜੀ ਉਸ ਟੀਵੀ ਆਪਾਂ ਰਾਣੀਆਂ ਗੱਲਾਂ ਅੱਖ ਲੱਗੀ ਟੀਵੀ ਚੋਂ ਬੰਦਾ ਨਿਕਲ ਕੇ ਚੋਰੀ ਕਰਕੇ ਉਧਰ ਨੂੰ ਵੜ ਗਿਆ ਸਾਰੀਆਂ ਗੱਲਾਂ ਠੀਕ ਆ ਚਾਚਾ ਅੱਬਾ ਤੇਰਾ ਠੀਕ ਆ ਜਿੱਦਣ ਜਾਣਾ ਨਾ ਤੈਨੂੰ ਬੜਾ ਯਾਦ ਕਰਦਾ ਅੱਛਾ ਜੀ ਉਹਦੇ ਲੋ ਤੂੰ ਮਰ ਗਏ ਆ ਤੂੰ ਮੱਥੇ ਨਹੀਂ ਲੱਗਣਾ ਆ ਗੱਲ ਤਾਂ ਸਹੀ ਆ ਨਹੀਂ ਹੁਣ ਆਪਾਂ ਜਾਣਾ ਦੋਨਾਂ ਜੀਆਂ ਨੇ ਕਿਸੇ ਦਿਨ ਉਹਦੇ ਕੋਲ ਪਿੰਡ ਜਾਂ ਆਪਣੇ ਬਿਨ ਕਈ ਤੈਨੂੰ ਨਾ ਚਾਚਾ ਬੜਾ ਹੀ ਯਾਦ ਕਰ ਉਹ ਨੀ ਮੰਨਦਾ ਉਹ ਹੁਣ ਲੜਿਆ ਨਾ ਨਿੱਕੇ ਨਿੱਕੇ ਹੁੰਦੇ ਸਾਰਾ ਦਿਨ ਖੇਡਦਿਆਂ ਲੜ ਪੈਣਾ ਅੱਛਾ ਤੇ ਰਾਤ ਨੂੰ ਸੌਣ ਲੱਗਿਆ ਫਿਰ ਸੁਲਾ ਹੋ ਜਾਣੀ ਨਹੀਂ ਬਣਦੀ ਵੀ ਉਦੋਂ ਹੀ ਸੀ ਮਾਫੀ ਉਹ ਮੰਗਦਾ ਸੀ ਕਿ ਤੁਸੀਂ ਬਸ ਜਿਹਦਾ ਦਿਲ ਕਰਦਾ ਸੀ ਉਹ ਮਾਫੀ ਮੰਗ ਲੈਂਦਾ ਸੀ ਬਾਕੀ ਚਾਚਾ ਸਿਆਣੇ ਸੱਚ ਹੀ ਕਹਿੰਦੇ ਆ ਸਿਆਣੇ ਤੈਨੂੰ ਹੀ ਕਹਿੰਦੇ ਨੇ ਕੀ ਕਹਿੰਦੇ ਨੇ ਆਪਣੇ ਨੂੰ ਕੁਝ ਮਰ ਗਏ ਅੱਛਾ ਵੈਸੇ ਆਪਸ ਦੀ ਗੱਲ ਹੈ ਹੋਰ ਤੂੰ ਸੁਣਾ ਤੇਰੀ ਮਾਂ ਕੈਸੀ ਹੈ ਤੈਨੂੰ ਦੱਸਣਾ ਕਿ ਉਹਨੂੰ ਮੈਨੂੰ ਦੱਸਣਾ ਇਹਦਾ ਤੇ ਚਬੜਾ ਖੁੱਲੀ ਹੈ ਤੂੰ ਚਾਰ ਜਣ ਕੇ ਨਾ ਮੱਛ ਕਰ ਲੈਣਾ ਚਾਚਾ ਚਾਚੀ ਨੇ ਪੁੱਛਿਆ ਵਾ ਮੇਰੀ ਤੇ ਭਰਜਾਈ ਆ ਉਹ ਮੇਰੀ ਤੇ ਭੈਣਾ ਵਰਗੀ ਨਾ ਬਿਲਕੁਲ ਠੀਕ ਆ ਅੰਮੀ ਅੰਮੀ ਬਹੁਤਾ ਬਹੁਤਾ ਪਿਆਰ ਦਿੰਦੀ ਸੀ ਚਾਚੀ ਤੈਨੂੰ ਹਾਂ ਇਹ ਗੱਲ ਹੋਈ ਹੁਣ ਤੇ ਨਹੀਂ ਮੈਂ ਗੁੜ ਵੀ ਦਿੱਤਾ ਸੀ ਕੰਨੇ ਵੀ ਦਿੱਤੇ ਸੀ ਤੇ ਕਿੱਥੇ 1.5 ਕਿਲੋ ਘਿਓ ਵੀ ਦਿੱਤਾ ਸੀ ਕਿੱਥੇ ਉਹ ਚਾਚੀ ਬਾਸ ਜੀ ਵੇਖ ਗਿਆ ਮੈਂ ਕਿਹਾ ਮਾਗ ਦੇ ਫਿਰੇ ਤੁਹਾਨੂੰ ਨਹੀਂ ਮਾਂ ਤੇਰੀ ਚੰਗੀ ਸੀ ਹੁਣ ਤੇ ਨਹੀਂ ਫੋਟੋ ਵੇਖ ਕੇ ਰੋਂਦੀ ਮੇਰੀ ਨਹੀਂ ਹੁਣ ਉਹਨੇ ਆਪਣਾ ਪੁੱਤਾ ਰੱਖ ਲਿਆ ਗੱਲ ਸੁਣ ਹੁਣ ਇੱਥੇ ਹੈਗੀ ਅੱਜ ਖੁਸ਼ੀ ਦਾ ਦਿਨ ਅੱਛਾ ਲੜਨ ਨਹੀਂ ਹਾਂ ਉਹ ਆ ਗਈ ਮੇਰੀ ਸਹੇਲੀ ਕਿੰਨੀ ਸੋਹਣੀ ਲੱਗਣ ਡਈ ਚਲ ਬਹਿ ਗਿਆ ਦੱਸ ਕਿ ਮੈਂ ਕੈਸੀ ਲੱਗ ਰਹੀ ਹਾਂ ਬਹੁਤ ਪਿਆਰੀ ਲੱਗ ਰਹੀ ਪਰ ਬਹਿ ਗਿਆ ਪਹਿਲੇ ਦੁਲਹਨ ਬਣ ਕੇ ਦੁਲਹਨ ਵੀ ਲੱਗ ਰਹੀ ਹੈ ਕਿ ਹਾਂ ਇੰਨੀ ਦੇਰ ਲਾਤੀ ਤੂੰ ਪਾਰਲਰ ਤੇ ਹੋਏ ਤੈਨੂੰ ਮੈਂ ਕੀ ਦੱਸਾਂ ਚਾਰ ਚਾਰ ਕੁੜੀਆਂ ਫੜ ਕੇ ਬਹਿ ਗਈਆਂ ਮੇਰੇ ਇੱਕ ਮਿੰਟ ਵੇ ਚਾਰ ਚਾਰ ਕੁੜੀਆਂ ਤੇ ਇੰਨੀ ਦੇਰ ਕੱਤ ਲਈ ਪਹਿਲੇ ਉਹਨਾਂ ਨੇ ਮੈਨੂੰ ਕੀਤੀ ਵੈਕਸ ਨਹੀਂ ਵੈਕਸ ਕੀ ਹੁੰਦੀ ਹੈ ਉਹ ਮੱਟੀ ਲਾ ਕੇ ਨਾ ਤੇ ਇੰਜ ਖਿੱਚੀ ਦੀ ਉਹ ਤੋਂ ਵਾਲ ਸਾਰੇ ਲਾਥ ਜਾਂਦੇ ਨੇ ਇੰਜ ਵਾਲ ਲਾਈਦੇ ਨੇ ਹੋ ਹੋਏ ਤੇ ਚੋਰੀ ਤੂੰ ਕੱਲ ਅਖਬਾਰ ਨੂੰ ਅੱਗ ਲਾ ਕੇ ਕਿਉਂ ਇੰਜ ਕਰ ਰਿਹਾ ਸੀ ਚਿੜ 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 ਉਹਦੇ ਨਾਲ ਕਿਸ ਤਰ੍ਹਾਂ ਲਾਥ ਦੇ ਬੇਗਮ ਆ ਪੁਰਾਣੇ ਜ਼ਮਾਨੇ ਦੀ ਉਹਦਾ ਸਿਆਪਾ ਵੀ ਤੇ ਬੜਾ ਬੜਾ ਪਿਆਸ ਨਾ ਕੀ ਅਖਬਾਰ 'ਚ ਕਿਸੇ ਨੇ ਛਾਪਾ ਰੱਖਤਾ ਫਿਰ ਬਾਹ ਨੂੰ ਚਿੰਬੜ ਗਿਆ ਅੱਛਾ ਛੱਡ ਨਾ ਉਸ ਤੋਂ ਬਾਅਦ ਬਣਾਇਆ ਉਹਨਾਂ ਨੇ ਹੇਅਰ ਸਟਾਈਲ ਫਿਰ ਉਹਨਾਂ ਨੇ ਕੀਤਾ ਮੇਕਅਪ ਆਏ ਹੋਏ ਵੇਖ ਮੇਰੀ ਸੁਰਖੀ ਤੇ ਨਹੀਂ ਲੱਗੀ ਨਹੀਂ ਲੈ ਨਿਕਾਹ ਤੋਂ ਪਹਿਲਾਂ ਕਿੰਨੇ ਲਾਉਣਾ ਮੈਂ ਤੇ ਬਾਅਦ ਤੋਂ ਪੁੱਛਿਆ ਕਿਹੜੀ ਗੱਲ ਤੋ ਪੁੱਛਿਆ ਨਾ ਦੱਸਿਆ ਅੱਗੇ ਹਾਮੀ ਭਰ ਲਈ ਹਾਂ ਚਾਚਾ ਜੀ ਕੀ ਚਾਚਾ ਚਾਚਾ ਇਹ ਕੌਣ ਆ ਤੂੰ ਵੀ ਨਾ ਕਹਿ ਆਪਦੇ ਸਾਹਮਣੇ
ਚਾਚਾ ਇਹ ਕੌਣ ਆ? ਇਹ ਦੁਲਣ। ਇਹ ਦੁਲਣ ਆ? ਚਾਚਾ ਮੈਂ ਨਹੀਂ ਇਹ ਜਿਹਦੀ ਕਦੀ ਵੀ ਦੁਲਣ ਵੇਖੀ। ਦੁਲਣ ਤੇ ਪੂਰਾ ਮੂੰਹ ਲੁਕੋਇਆ ਹੁੰਦਾ, ਅਗਰ ਉਹਦਾ ਦੁਲਣ ਨਾ ਵੇਖਿਓ ਕਿਸੇ ਨੂੰ ਮੂੰਹ ਹੀ ਨਹੀਂ ਦਿਖਾਉਂਦੀ। ਹੈਲੋ, ਇਹ ਕਿਹੜੀ ਦੁਲਣ ਆ? ਦੁਬਈਓਂ ਆਈ ਆ ਮੈਂ। ਤੇ ਅਸੀਂ ਕੀ ਕਰੀਏ ਦੁਬਈਓਂ ਆਈ ਆ ਤੂੰ? ਨਾਲੇ ਮੇਰਾ ਦੁਲਣ ਕਿੱਥੇ ਰਹਿ ਗਿਆ? ਹਾਏ ਹਾਏ ਸਬਰ ਸ਼ਰਮਾ ਪੋਰਾ ਕੀ ਬਣ ਗਿਆ ਯਾਰ ਇਹ ਤੇਰਾ ਦੁਲਣ। ਸ਼ਰਮਾਈ ਦਾ ਕਿਵੇਂ ਇੰਜ ਕਰਕੇ? ਹਾਏ ਕਿਹਦੀ ਬੇਚੈਨੀ ਨਹੀਂ ਹੁੰਦੀ? ਦੁਬਈ ਦੁਬਈ ਨੀ ਜਾਣਾ, ਇੱਥੇ ਹੀ ਰਹਿਣਾ ਸਾਰਿਆਂ ਨੇ। ਛੇਤੀ ਛੇਤੀ ਕਰ ਲੋ ਵਿਆਹ ਆਪਣੇ ਮਸਜਿਦ ਦੇ ਵਿੱਚ ਜਨਾਜ਼ੇ ਨੀ ਬਣਾਉਂਦਾ ਜਿਹੜਾ? ਹਾਂਜੀ, ਅੱਜ ਕੱਲ ਉਹਦੀ ਡਿਊਟੀ ਲੱਗ ਗਈ ਨਿਕਾਹਾਂ ਤੇ ਵੀ ਨਾਲ। ਜਿਹੜਾ ਨਿਕਾਹ ਆ ਹੀ ਰਹੇ ਹੋਣੇ, ਬਾਰਾਂ ਨੂੰ ਲਾੜੇ ਦਾ ਕੋਈ ਬੰਦੋਬਸਤ ਕਰੋ ਪਹਿਲਾਂ। ਲਾੜਾ ਤੇ ਤਿਆਰ ਆ ਮੇਰੇ ਖਿਆਲ ਚ, ਤੁਹਾਨੂੰ ਮੇਰੇ ਵਿਆਹ ਦਾ ਨਾ ਚਾਅ ਨੀ ਚੜਿਆ? ਕਿਉਂ, ਇਹਨਾਂ ਦੇ ਚਾਅ ਚੜਿਆ ਸਾਰੇ ਤੇ ਤਿਆਰ ਹੋ ਕੇ ਬੈਠੇ ਆ। ਮਾਮਾ ਤੇਰੀ ਗੱਲ ਹੋਈ ਆ, ਮੈਂ ਅਸੀਂ ਰੋਟੀ ਖਾਣੀ ਘਰ ਚੱਲ ਜਾਣਾ, ਸਾਨੂੰ ਕੀ ਮਾਮਾ। ਜਦ ਰਾਣੀ ਗਾਏਗੀ ਕੁਛ ਨਾ ਕੁਛ ਜ਼ਰੂਰ ਗਾਏਗੀ, ਮੈਨੂੰ ਪਤਾ ਉਹਦੇ ਸਹੇਲੀ ਦਾ ਵਿਆਹ, ਜਿੱਥੋਂ ਤੂੰ ਵਿਆਹੀ ਹੈ ਗਾਏਗੀ। ਮੈਨੂੰ ਪਤਾ ਤੁਹਾਡੇ ਵੱਲੋਂ ਵਿਆਹੀ। ਗੰਦੇ ਲਾਂਦਾ ਸਾਗ ਤੇ ਮੱਖਣ ਮਕਈ ਰਿੰਨ ਕੇ ਲੈ ਆਈ ਹਾਂ ਮੈਂ ਸਜਣਾ ਦੇ ਲਈ। ਗੰਦੀ ਲਾਂਦਾ ਸਾਗ ਤੇ ਮੱਖਣ ਮਕਈ ਠੀਕ ਹੈ ਇਹਨੂੰ ਕਹਿੰਦੇ ਚੰਦ ਰਾਣ। ਬਸ ਇਸ ਤੋਂ ਬਾਅਦ ਆਪਸ ਦੀ ਗੱਲ ਏ, ਇਹੀ ਤੋਂ ਮਲਕ ਕਿਹੜਾ ਮਲਕ ਆ? ਸਾਡਾ ਸਕੂਲ ਟੀਚਰ ਉਹ ਜਿਹੜਾ ਚਤੁਰਾਣੀ ਦਾ ਭਰਾ ਬਣਿਆ। ਅੱਛਾ, ਮੇਰਾ ਇੱਕ ਹੋਰ ਵੀ ਚਾਚਾ। ਹਾਂ, ਤੂੰ ਕੀ ਸਮਝਦਾ ਮੈਂ ਕਰ ਲੈ? ਨਹੀਂ ਨਹੀਂ, ਮਤਲਬ ਉਹ ਨਾ ਮੇਰੇ ਕੋਲ ਸੁਣਦੇ ਹੁੰਦੇ ਸੀ ਜਿਹੜੇ ਮੇਰੇ ਉਸਤਾਦ ਜੀ ਸੀ ਨਾ, ਉਹ ਕਹਿੰਦੇ ਸੀ ਤੂੰ ਬੜਾ ਸੋਹਣਾ ਗਾਨੀ ਆ। ਅੱਛਾ ਅੱਛਾ, ਕੋਈ ਛੇਤੀ ਛੇਤੀ ਕਰ ਲੋ ਵਿਆਹ। ਕਿੱਡਾ ਮਜ਼ਾ ਆਉਂਦਾ ਹੁੰਦਾ ਸੀ ਕਾਦਾ ਪਿੱਪਲਾਂ ਦੀ ਛਾਵੇਂ ਬਹਿ ਕੇ ਗਾਣੇ ਸੁਣਾਈਦੇ ਸੀ। ਕਿੱਥੇ ਰਹਿ ਗਿਆ ਮੇਰਾ ਦੂਲਾ? ਉਹਨੇ ਨਾ ਤੇਰਾ ਵਿਆਹ ਛੱਡਦੇ ਸਾਨੂੰ ਵਕਤ ਪਾਇਆ ਪਿਆ, ਉਦੋਂ ਦਾ ਵਕਤ ਪਾਇਆ ਹੀ। ਦੇਖੋ ਜੀ, ਖਾਣਾ ਨਾ ਘਟੇਗਾ ਹਾਂਜੀ ਨਾ ਪੱਕੇਗਾ। ਝੂਠ, ਵਾਹ ਕੀ ਗੱਲ ਹੋਈ ਨਾ, ਬਰਗਰ ਖਵਾਵਾਂਗੇ ਤੇ ਬਰਗਰ ਆਪ ਨੂੰ ਕਹਿਣਾ ਨੀ ਆਉਂਦਾ, ਜਦੋਂ ਬਰਗਰ ਕਹਿਣ ਲੱਗਣ ਮੂੰਹ ਵਲਗਰ ਨਿਕਲ ਜਾਂਦਾ। ਵਲਗਰ ਵੀ ਲਿਆਉਣੇ ਤੇ ਉਹ ਜਿਹੜਾ ਗੋਲ ਗੋਲ ਜਿਹਾ ਨੀ ਬਣਾ ਕੇ ਦਿੰਦੇ ਜਿਹਦੇ ਵਿੱਚ ਮਨ ਗਿਆ ਨਾ? ਚੁੱਪ ਕਰ ਜਾ ਹੁਣ, ਕਿੰਨਾ ਚਾਅ ਕਰ ਰਿਹਾ ਸੀ ਤੇਰੇ ਵਿਆਹ ਦਾ, ਹੋਰ ਦੱਸ ਕੀ ਕਰੀਏ? ਕਿਹੜਾ ਚਾਅ? ਅਚਾ ਹੀ ਹੁਣ ਤੁਸੀਂ ਕੁਝ ਗਾਇਆ ਹੀ ਨਹੀਂ। ਕੀ ਮਤਲਬ ਨਹੀਂ ਗਾਇਆ? ਚੌਧਰੀ ਦਾ ਗਲਾ ਬਹਿ ਗਿਆ ਗਾ ਗਾ ਕੇ। ਚੱਲ ਤੂੰ ਸੁਣਾ ਦੇ ਕੁਛ। ਬਾਰੀ ਬਰਸੀ ਖਟਣ ਗਿਆ ਤੇ ਖਟਕ ਲਿਆਂਦਾ ਕੁਲਾੜਾ। ਹਾਏ ਹਾਏ, ਬਾਰੀ ਬਰਸੀ ਖਟਣ ਗਿਆ ਤੇ ਖਟਕ ਲਿਆਂਦਾ ਕੁਲਾੜਾ, ਛੇਤੀ ਛੇਤੀ ਬੁਲਾ ਲੈ ਮੇਰਾ ਲਾੜਾ। ਬਾਰੀ ਬਰਸੀ ਖਟਣ ਗਿਆ ਤੇ ਖਟਕ ਲਿਆਂਦਾ ਕੁਲਾੜਾ, ਬਾਰੀ ਬਰਸੀ ਖਟਣ ਗਿਆ ਤੇ ਖਟਕੇ ਲਿਆਂਦਾ ਕੁਲਾੜਾ, ਇਧਰ ਉਧਰ ਨਾ ਵੇਖ ਤੂੰ ਆਖ ਲੋਤਾ ਲਾੜਾ। ਓਏ, ਬਾਰੀ ਬਰਸੀ ਖਟਣ ਗਿਆ ਤੇ ਖਟਕੇ ਲਿਆਂਦੀ ਆਰੀ, ਬਾਰੀ ਬਰਸੀ ਖਟਣ ਗਿਆ ਤੇ ਖਟਕੇ ਲਿਆਂਦੀ ਆਰੀ, ਬੰਦਾ ਇਹਦੇ ਪਿਓ ਨੂੰ ਪੁੱਛੇ ਆ ਕਿ ਚਵਲ ਮਾਰੀ, ਖਟਣ ਗਿਆ ਤੇ ਖਟਕੇ ਲਿਆਂਦੀ ਆਰੀ, ਬਾਰੀ ਬਰਸੀ ਖੱਟਣ ਗਿਆ ਤੇ ਖੱਟਕ ਲਿਆਂਦਾ ਕੁਹਾੜਾ, ਮੈਨੂੰ ਲੱਗਦਾ ਤੈਨੂੰ ਇਹਦੇ ਵਿਆਹ ਦਾ ਬਹੁਤ ਸਾੜਾ। ਬਾਰੀ ਬਰਸੀ ਖੱਟਣ ਗਿਆ ਤੇ ਬੁੱਝ ਲਿਆ ਬੁੱਝ ਲਿਆ ਬੁੱਝ ਲਿਆ, ਬਾਰੀ ਬਰਸੀ ਖੱਟਣ ਗਿਆ ਤੇ ਖੱਟਕ ਲਿਆਂਦਾ ਕੁਹਾੜਾ, ਬਾਰੀ ਬਰਸੀ ਖੱਟਣ ਗਿਆ ਤੇ ਖੱਟਕ ਲਿਆਂਦਾ ਕੁਹਾੜਾ। ਸਹੀ ਨਹੀਂ ਕਹਦਾ, ਇਹਦੀ ਤਾੜੀਆਂ ਨਹੀਂ ਮਾਰਦਾ। ਲੈ, ਬਾਰੀ ਬਰਸੀ ਖੱਟਣ ਗਿਆ ਤੂੰ ਮੇਰਾ ਪਤੀ ਜਾ, ਬਾਰੀ ਬਰਸੀ ਖੱਟਣ ਗਿਆ ਤੇ ਖੱਟਕ ਲਿਆਂਦਾ ਕੁਹਾੜਾ,
ਪਿੱਛੇ ਮੇਰੇ ਖੜਾ ਜੇ ਹੁਣ ਹੈਗਾ ਮੇਰਾ ਸਾਲਾ। ਵਾਹ ਜੀ ਵਾਹ, ਆਉਂਦਾ ਕੁਛ? ਚੋਰੀ ਐਸਾ ਵੱਢਣਾ ਹੈ, ਫੜ ਕੇ ਲਿਆ ਤੂੰ ਆਰਾ। ਵੇ ਨਾ ਵੇ, ਤੁਸੀਂ ਕੀ ਸੁਣਾ? ਹੁਣ ਮੈਂ ਤੈਨੂੰ ਖਰੀਆਂ ਖਰੀਆਂ ਸੁਣਾਉਣੀਆਂ। ਕਮਰੇ 'ਚ ਜਾ ਕੇ ਇੱਥੇ ਨਹੀਂ ਸਾਰਿਆਂ ਦਾ ਸਾਰਾ ਤੇਰਾ ਦਾਦਾ ਆ ਗਿਆ। ਨਹੀਂ ਚੁੱਪ ਨਹੀਂ। ਚਾਚਾ ਇਹ ਕੌਣ ਆ? ਇਹ ਲਾੜਾ। ਮੈਂ ਸਮਝਿਆ ਹੋਟਲ ਦਾ ਵੇਟਰ ਆ। ਉਹ ਇੰਜ ਤੇ ਯਾ ਤੋ ਵਾਇਆ ਬੋਲ ਕੇ ਆਇਆ ਕਰ। ਨਹੀਂ ਪੁੱਤਰ, ਹੋਰ ਹੁੰਦੇ ਲਾੜਾ ਵਾ, ਪੁੱਤਰ ਸੋਹਣਾ ਲੱਗ ਰਿਹਾ ਤੂੰ। ਹਾਂਜੀ, ਤੈਨੂੰ ਰੂਪ ਬਹੁਤ ਸੋਹਣਾ ਚੜਿਆ। ਹਾਂਜੀ, ਹੁਣ ਕੁੜੀ ਦਾ ਰੱਖਣਾ ਖਿਆਲ, ਇਹਨਾਂ ਹੋਵੇ ਤੂੰ ਅੱਗੇ ਪਿੱਛੇ ਹੋਵੇ ਮਹੱਲੇਦਾਰ ਖਿਆਲ ਰੱਖ। ਚੌਥੇ ਵਿਆਹ ਤੇ ਨਸਣਾ ਹੀ ਨਹੀਂ ਨਸੀ ਗਏ। ਹਾਂ, ਨਵਾਂ ਨਵਾਂ ਉਹਨਾਂ ਦਾ ਵਿਆਹ ਹੋਇਆ, ਕੋਈ ਦੁਆ ਦੂ ਦੇ, ਸਮਝ ਆਈ? ਹਾਂ, ਗਲਤ ਗੱਲਾਂ ਕਰਨ ਡੇ ਆ। ਤੈਨੂੰ ਨਿਕਾਹ ਖਾਂਦੇ? ਜ਼ਮਾਨਤ ਕਰਾ ਕੇ ਆਪਣੀ ਜ਼ਿੰਮੇਦਾਰੀ। ਤੂੰ ਕਿਹੜੇ ਕੇਸ 'ਚ ਗਿਆ ਸੀ? ਇਹਨੇ ਕੇਸ 'ਚ ਦੇਖੋ ਕਤਲ ਹੋ ਗਿਆ ਸੀ। ਹਾਂ, ਟਿਕਟੌਕ ਨਹੀਂ ਬਣਾਉਂਦੇ ਨਿਆਣੇ ਅੱਜ ਕੱਲ? ਹਾਂਜੀ ਹਾਂਜੀ, ਉਹ ਕਿਤੇ ਬਣਾਉਂਦੇ ਆ। ਦੇਖੋ ਗੋਲੀ ਚੱਲ ਗਈ, ਪਿਸਤੌਲ 'ਚ ਗੋਲੀ ਸੀ। ਅਸਲ ਵਿੱਚ ਸੀ ਨਾ ਪਿਸਤੌਲ ਬਣਾਉਣ ਦੇ ਚ ਟਿਕਟੌਕ, ਪਿਸਤੌਲ ਦੇ ਵਿੱਚ ਸੀ ਰਹਿ ਗਈ ਕਿਤੇ ਗੋਲੀ, ਇੰਜ ਕਰਕੇ ਜਿਹਦਾ ਮੈਂ ਬਾਹ ਕਮਾਈ ਹੈ। ਬਸ ਰਹਿਣ ਦੇ, ਕਿਤੇ ਪਰਾਂ ਉਰੇ ਇਹਨੂੰ ਰਹਿਣ ਦੇ, ਤੇਰੀ ਮਿਹਰਬਾਨੀ। ਇੰਨੀ ਬਾਹ ਕਮਾਉਣਾ ਨਾ ਬਾਰ ਬਾਰ, ਇਹ ਜੇ ਕਿਤੇ ਤੇਰੇ ਨਾੜ ਤੇ ਨਾੜ ਚੜੇ ਨਾ ਫੇਰ। ਹੁਣ ਇਹ ਸਾਰੀਆਂ ਗੱਲਾਂ ਛੱਡੋ, ਮੈਨੂੰ ਪਹਿਲੇ ਇਹ ਦੱਸੋ ਕਿਸੇ ਨੇ ਮੌਲਵੀ ਨੂੰ ਵੀ ਕਿਹਾ ਕਿ ਨਹੀਂ? ਉਹ ਕਹਿਤਾ ਨਿਕਾਹ ਖਾਣ ਨੂੰ ਹੁਣ ਆਉਂਦੇ ਹੋਣੇ ਨੇ, ਕਿਤੇ ਹੋਰ ਵੀ ਨਿਕਾਹ ਪੜਾਉਂਦੇ ਹੋਣਗੇ। ਇਹਨੇ ਕਿਹਾ, ਹਾਲਾਂਕਿ ਇਹਦੇ ਕਹਿਣ ਤੇ ਆਉਣਾ ਤਾਂ ਨਹੀਂ। ਨਿਕਾਹ ਤੁਸਾਂ ਤੇ ਤੁਹਾਡੀ ਮਿਹਰਬਾਨੀ, ਇਹ ਜਨਾਜ਼ੇ ਜਨੂਜ਼ੇ ਤੋਂ ਦੂਰ ਹੀ ਰਹਿਣਾ, ਉਹਦੀ ਗੱਲ ਨਾ ਕੋਈ ਵੀ ਕਰਦਾ। ਓਕੇ, ਚਲੋ ਸ਼ੁਰੂ ਕਰੋ। ਨਿਕਾਹ ਦੀ ਇਜਾਜ਼ਤ ਦਿੱਤੀ ਹੈ, ਤੁਹਾਨੂੰ ਜਾਣ ਲਈ ਇਜਾਜ਼ਤ ਨਹੀਂ ਦਿੱਤੀ। ਜਾਣ ਦੀ ਇਜਾਜ਼ਤ ਕਿਉਂ ਦੇਣੀ, ਪਹਿਲੇ ਨਿਕਾਹ ਪੜਾਓ। ਲੋ ਜੀ, ਨਿਕਾਹ ਸ਼ੁਰੂ ਕਰਨੇ। ਹਾਂਜੀ, ਦੇਖੋ ਟੂਟੀਆਂ ਦੇ ਉੱਤੇ ਕੋਈ ਬੰਦਾ ਤੇ ਨਹੀਂ। ਤੁਹਾਡੀ ਮਿਹਰਬਾਨੀ ਹੈ, ਸ਼ਗਨਾਂ ਸ਼ਗਨਾਂ ਵਾਲਾ ਕੰਮ ਹੈ। ਆਹੀ ਆਹੀ ਬੰਦੇ ਨਾ ਸਾਰੇ, ਇਹਨਾਂ ਤੋਂ ਇਲਾਵਾ ਹੋਰ ਕੋਈ ਨਹੀਂ। ਲੋ ਜੀ, ਇਹ ਨਿਕਾਹ ਨਹੀਂ ਜੀ ਹੋ ਸਕਦਾ। ਕਿਉਂ ਜੀ? ਲਾੜੇ ਦੇ ਅੰਗੂਠੇ ਨਹੀਂ ਬਣਦੇ। ਕਿਹਨੂੰ ਲੈ ਕੇ ਆਏ ਹੋ ਭਾਜੀ? ਨਿਕਾਹ ਕਹਿੰਦਾ ਜਨ ਜਨ ਲਾਈਨਾਂ ਤੇ ਭਾ ਲੋ, ਇੱਥੇ ਨਿਕਾਹ ਕਰਾ ਲੋ। ਨਿਕਾਹ 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 ਗੱਲ ਸੁਣੋ ਤੇਰਾ ਮੜਾ ਜੇ ਉਹ ਨਿਕਾਹ ਖਾਂ, ਉਹ ਕਿਉਂ ਜੁੱਤੀਆਂ ਪਵਾਉਣੀਆਂ ਚੌਧਰੀ ਕੋ? ਮੈਨੂੰ ਆ ਵੇਖ, ਨਿਕਾਹ ਪੜਾ ਦੇ। ਤੂੰ ਹੀ ਸਮਝ ਕਰ ਲੈਣਾ, ਤੈਨੂੰ ਕਿਹਾ ਸੀ ਨਿਕਾਹ ਖਾਂ ਲਾਇਆ, ਤੂੰ ਨਿਉ ਖਾਂ ਲਾਇਆ। ਓਏ ਗਚਕ ਨੂੰ ਸੋਨਾ ਲਵਾ ਸਮਝਣ ਆ ਲਿਆ, ਨਿਕਾਹ ਪੜਾ। ਓਏ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਤੁਸੀਂ ਨਿਕਾਹ ਪੜਾਓ ਜੀ। ਕੀ ਕਰਨ ਦਾ? ਨਿਕਾਹ ਪੜਾਉਣਾ, ਨਿਕਾਹ ਨਿਕਾਹ ਸ਼ੁਰੂ ਹੋ ਗਿਆ। ਚਲੋ ਸ਼ੁਰੂ ਕਰੋ। ਲਾੜੇ ਕੋਲੋਂ ਕਿਸੇ ਨੇ ਕੋਈ ਲੈਣਾ ਦੇਣਾ ਤੇ ਨਹੀਂ? ਓਏ ਸਾਈਕਲ ਤੇ ਮੱਛੀ ਵੇਚਣ ਵਾਲੇ ਆ, ਨਿਕਾਹ ਪੜਾ। ਦੇਖੋ ਜਨਾਬ, ਲੈਣ ਦੇਣ ਜਿਹੜਾ ਨਾ, ਨਿਕਾਹ ਸ਼ੁਰੂ ਕਰਾਈਏ। ਨੂਰ ਦੁਖਤਰ ਜਾਫਰ ਅਲੀ, ਹੱਕ ਮਹਿਰ 5000 ਮੁਅੱਜਲ, ਆਪਕੋ ਕਬੂਲ ਹੈ? ਕਬੂਲ ਹੈ। ਲਓ ਜੀ, ਕੁੜੀ ਨਾਲ ਵੀ ਹੁਣ ਸਾਬਰ ਵੱਲ ਅੱਲਾ ਵਸਾਇਆ,
5000 ਹੱਕ ਮਹਿਰ ਮੁਅੱਜਲ ਆਪਕੋ ਕਬੂਲ ਹੈ? ਡੇਢ ਘੰਟੇ ਤੋਂ ਇੱਥੇ ਬੈਠੀ ਹੈ ਤਿਆਰ ਹੋ ਕੇ, ਹੋਰ ਤੇਰੇ ਵਾਸਤੇ ਬੈਠੀ ਹੈ, ਛੇਤੀ ਬਣਾ ਲ ਕਰ। ਕਬੂਲ ਹੈ ਤਾਂ ਮਤਲਬ ਕਬੂਲ ਹੈ, ਕਬੂਲ ਹੈ, ਕਬੂਲ ਹੈ। ਨਸੀਬ ਸਾਡੇ ਲਿਖੇ ਰੱਬ ਨੇ, ਕੱਚੀ ਪੈਨਸਲ ਨਾਲ ਹੋ ਗਿਆ ਨਕਾਹ। ਮੁਬਾਰਕ ਹੋਵੇ, ਮੁਬਾਰਕ ਹੋਵੇ। ਲੈ ਕੜੀਏ ਲੋ ਜੀ, ਇਸ ਖੁਸ਼ੀ ਦੇ ਮੌਕੇ ਤੇ ਇਸ ਤੋਂ ਬਲਡੋਜ਼ਰ ਨਗਾ ਦਿਓ। ਜੇ ਰਹੀ ਸਾਡੇ ਕੋਲ ਨਹੀਂ ਨਾ ਤਾਂ ਰਹਿਣੀ ਤੇਰੇ ਕੋਲ ਵੀ ਆਪਣੇ ਘਰ। ਤੇ ਰਹਿਣ ਇਹਨੇ ਸਾਡਾ ਵੀ ਕੱਖ ਨੀ ਦਿੱਤਾ ਤੇ ਰਹਿਣ ਤੇਰਾ ਵੀ ਕੱਖ ਨੀ ਦਿੱਤਾ। ਤੇਰਾ ਕੀ ਲੈ ਗਈ ਆ ਇਹ ਸੁਣੀਏ ਸਾਡੀ ਦੁਆ ਹੈ ਤੈਨੂੰ ਕੀ ਇਸ ਘਰੋਂ ਤੇਰੀ ਡੋਲੀ ਚੱਲੀ ਹੈ। ਹਾਂਜੀ ਅਗਲੇ ਘਰੋਂ ਤੇਰਾ ਫੰਕਸ਼ਨ। ਅੱਛਾ ਕੁੜੀਏ, ਵੈਸੇ ਆਪਸ ਦੀ ਗੱਲ ਹੈ ਚੌਧਰੀ ਸਾਹਿਬ, ਹਾਂਜੀ ਗੱਲਾਂ ਬਾਤਾਂ ਤੇ ਗੱਲਾਂ ਬਾਤਾਂ, ਅੱਜ ਤੁਸੀਂ ਕੰਮ ਬੜਾ ਚੰਗਾ ਕੀਤਾ, ਅੱਜ ਤਾਂ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਖੁਸ਼ ਕਰ। ਹਾਂਜੀ ਚੱਲ ਕਾਕਾ ਤੇਰੀ ਛੁੱਟੀ ਹੈ ਜੀ, ਚੱਲ ਆਪਾਂ ਨੇ ਘਰ ਤੇ ਕੰਮ ਸੇ ਕੰਮ, ਦੋ ਤਿੰਨ ਤੋਂ ਹਵੇਲੀ ਵਾਲਾ ਨੂੰ ਨਹੀਂ ਆਉਣਾ। ਤੇ ਮੈਂ ਤੁਹਾਨੂੰ ਜਾਂਦਿਆਂ ਜਾਂਦਿਆਂ ਗੱਲ ਦੱਸ ਦਵਾਂ, ਬੱਤੀ ਗਈ ਜੇ ਤੇ ਕੋਈ ਗੱਲ ਨਹੀਂ, ਸਾਡੇ ਘਰ ਟੈਂਕੀਆਂ ਬਣੀਆਂ। ਚੰਦਰ ਰਾਣੀ ਕੀ ਹੈ, ਮੈਂ ਸਦਕੇ ਜਾਵਾਂ, ਅੱਜ ਤੇ ਮੇਰਾ ਦਿਲ ਕਰਦਾ। ਕੀ ਤੇਰਾ ਦਿਲ ਕਰਦਾ? ਤੇਰੇ ਨਾਲ ਪਿਆਰ ਦੀਆਂ ਦੋ ਗੱਲਾਂ ਕਰਾਂ। ਮਸਲਨ ਕਹਿੰਦਾ ਦਿਲ, ਆਜ ਫਿਰ ਤੁਮ ਪੇ ਪਿਆਰ ਆਇਆ ਹੈ, ਬੇਹਦ ਔਰ ਬੇਸ਼ੁਮਾਰ ਆਇਆ ਹੈ। ਹਾਏ ਸਦਕੇ ਜਾਵਾ ਚੌਰੀ, ਤੂੰ ਤੇ ਅੱਜ ਵੀ ਉਂਝ ਹੀ ਨੱਚਣਾ ਜਿਵੇਂ ਉਦੋਂ ਨੱਚਦਾ ਸੀ, ਮੈਨੂੰ ਵੇਖ ਕੇ ਕਿੰਜ ਭੰਗੜੇ ਪਾਉਂਦਾ ਸੀ, ਕਿੰਜ ਠੁਮਕੇ ਲਾਉਂਦਾ ਸੀ। ਲਾ ਠੁਮਕੇ ਤੇ ਠੁਮਕਾ ਠਾਠ, ਅੱਜ ਚਲੇ ਗਏ ਸਾਰੀ ਚਦਰਾਣੀ। ਚੱਲ ਫਿਰ ਚੌਰੀ, ਅੱਜ ਅਸੀਂ ਆਪਣੇ ਕਮਰੇ 'ਚ ਚੱਲੀਏ। ਬਾਏ ਬਾਏ। ਚੱਲਾਂ ਮੱਲਾ ਚੱਲਾਂ ਨੂੰ ਚੱਲੀ। Subscribe now and press the bell icon. Never miss an update. Studio 99 Production House.